किसान जदों सत्ता दे विच एंटर हुंदे ने तां वोट जदों हुंदी है तां एक भी किसान नहीं जितदा। क्यों किसानी मुद्दे ते तां पूरा पंजाब एकजुट सी बट इन्हां दी पोलिटिकल पार्टी नूं लैके जिहड़े लोकां दे जिहड़े मत है उहदे विच उह इन्हां नूं एज ए पोलिटिकल लीडर नहीं देखदे। उत्थे सब पार्टियां दे लोक गए सी, ਉਹ ਇੱਕ ਕਿਸਾਨੀ ਮੁੱਦੇ 'ਤੇ ਤੱਕ ਇਸ ਕਿਸਾਨ ਲੀਡਰਸ ਦੇ ਨਾਲ ਸੀਗੇ ਬਟ ਜਦੋਂ ਉਹ ਅੰਦੋਲਨ ਖਤਮ ਹੋਇਆ ਸੀ ਜਿੱਤ ਕੇ ਵਾਪਸ ਕਰ ਰਹੇ ਹਾਂ ਤਾਂ ਜਿਹੜਾ ਅਕਾਲੀ ਦਲ ਸੀ ਉਹ ਅਕਾਲੀ ਦਲ ਨਾਲ ਜੁੜ ਗਿਆ, ਜਿਹੜਾ ਹੋਰ ਪਾਰਟੀਆਂ ਨਾਲ ਜੁੜਿਆ ਸੀ ਉਹ ਹੋਰ ਪਾਰਟੀਆਂ ਨਾਲ ਜੁੜਿਆ ਰਹਿ ਗਿਆ। ਉਹ ਉਹਨਾਂ ਨਾਲੋਂ ਪੋਲੀਟੀਕਲੀ ਉਹ ਇਹਨਾਂ ਦੇ ਨਾਲ ਕਦੇ ਵੀ ਨਹੀਂ ਸੀ। ਅਤੇ ਇਹਨਾਂ ਨੇ ਪੋਲੀਟੀਕਲ ਪਾਰਟੀ ਬਣਾਈ ਹੈ, ਇਹ ਇੱਕ ਬਹੁਤ ਵੱਡੀ ਗਲਤੀ ਸੀ ਕਿਉਂਕਿ ਪੋਲੀਟੀਕਲ ਸਟਰਕਚਰ ਦੇ ਵਿੱਚ ਅਗਰ ਕਿਸੇ ਨੇ ਆਉਣਾ ਉਹਦੇ ਲਈ ਬਹੁਤ ਸਾਰੀਆਂ ਤਿਆਰੀਆਂ ਚਾਹੀਦੀਆਂ, ਇਹਨਾਂ ਕੋਲ ਸਮਾਂ ਘੱਟ ਸੀ, ਉਹਦੇ ਲਈ ਬਹੁਤ ਪੈਸਾ ਚਾਹੀਦਾ ਸੀ। ਦੇਖੋ ਜਿਹੜਾ ਰਾਜੇਵਾਲ ਸਾਹਿਬ ਹੈ ਇਹਨਾਂ ਨੇ ਇਲੈਕਸ਼ਨ ਲੜਿਆ, ਇਹਨਾਂ ਦੀ ਬਹੁਤ ਜ਼ਿਆਦਾ ਪੂਰੇ ਦੇਸ਼ ਦੇ ਵਿੱਚ ਇੱਜ਼ਤ ਸੀ ਇਸ ਕਰਕੇ ਕਿ ਉਹਨਾਂ ਨੇ ਇਸ ਅੰਦੋਲਨ ਨੂੰ ਬੜਾ ਬਖੂਬੀ ਚਲਾਇਆ ਅਤੇ ਇਹਨੂੰ ਜਿੱਤਿਆ। ਉਸ ਚੀਜ਼ ਨੂੰ ਬਰਕਰਾਰ ਰੱਖਣ ਲਈ ਇਹਨਾਂ ਨੂੰ ਇਸ ਪਾਰਟੀ ਜਿਹੜੀ ਇਹਨਾਂ ਨੇ ਬਣਾਈ ਉਹਨੂੰ ਨਹੀਂ ਸੀ ਬਣਾਉਣਾ ਚਾਹੀਦਾ। ਅਗਰ ਰਾਜੇਵਾਲ ਸਾਹਿਬ ਇਲੈਕਸ਼ਨ ਨਾ ਲੜਦੇ ਤਾਂ ਇਹਨਾਂ ਦੇ ਬੁੱਤ ਲਾਏ ਜਾਣੇ ਸੀ। ਪਾਰਟੀ ਬਣਾਉਣ ਨਾਲ ਕਿਤੇ ਨਾ ਕਿਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਹੈ ਉਹ ਕਮਜ਼ੋਰ ਹੋਈਆਂ, ਉਹਦਾ ਫਾਇਦਾ ਇਹਨਾਂ ਨੂੰ ਯੂਪੀ 'ਚ BJP ਨੂੰ ਮਿਲਿਆ ਕਿ ਦੇਖੋ ਇਹ ਜਿਹੜੀਆਂ ਜਥੇਬੰਦੀਆਂ ਇਹ ਇੱਕ ਪੋਲੀਟੀਕਲ ਇਹਨਾਂ ਦਾ ਮੋਟਿਵ ਸੀਗਾ ਕਿਉਂਕਿ 3 ਕਾਲੇ ਕਾਨੂੰਨ ਵਾਪਸ ਜ਼ਰੂਰ ਹੋਏ ਹੈ ਬਟ ਉਹਦੇ ਵਿੱਚ ਜਿੰਨੀਆਂ ਵੀ ਕਮਿਟਮੈਂਟਸ ਕੀਤੀਆਂ ਗਈਆਂ ਸੀ ਮੈਂ ਉਹ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ, ਉਹ ਪੂਰੀਆਂ ਹਜੇ ਤੱਕ ਵੀ ਨਹੀਂ ਕੀਤੀਆਂ ਗਈਆਂ ਕਿਉਂਕਿ ਅਜੇ ਮਿਸ਼ਰਾ ਉਹਦਾ ਬੇਟਾ ਆਸ਼ੀਸ਼ ਮਿਸ਼ਰਾ ਉਹਨਾਂ ਨੂੰ ਆਪਾਂ ਦੇਖਿਆ ਕਿ ਬਹੁਤ ਸਾਰਾ ਅੱਜ ਵੀ ਉਹੀ ਮਾਨ ਸਨਮਾਨ BJP 'ਚ ਮਿਲ ਰਿਹਾ ਜੋ ਇੱਕ ਕਾਤਲ ਨੂੰ ਨਹੀਂ ਮਿਲਣਾ ਚਾਹੀਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਤੇ ਮੈਂ ਹਾਂ ਖੁਸ਼ਬੂ। ਕਿਸਾਨੀ ਅੰਦੋਲਨ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਸੱਤਾ ਦੇ ਵਿੱਚ ਐਂਟਰੀ ਕੀਤੀ ਗਈ ਤੇ SSM ਸੰਯੁਕਤ ਸਮਾਜ ਮੋਰਚਾ ਨਾਮ ਦੀ ਪਾਰਟੀ ਬਣਾ ਕੇ ਚੋਣ ਲੜੀ ਗਈ। ਕਿਸਾਨਾਂ ਦੇ ਵੱਲੋਂ ਆਪਣੀ 117 ਸੀਟਾਂ ਤੇ ਸਾਰੇ ਉਮੀਦਵਾਰ ਉਤਾਰੇ ਗਏ ਪਰ ਕਿਸਾਨੀ ਅੰਦੋਲਨ ਤੋਂ ਬਾਅਦ ਜੋ ਇੱਕ ਅਲੱਗ ਪਛਾਣ ਬਣੀ ਸੀ ਕਿਸਾਨਾਂ ਦੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਜਿਹਾ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ। ਕਿਸਾਨਾਂ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ। ਇਸ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੋਸ਼ਲ ਐਕਟੀਵਿਸਟ ਹਰਪ੍ਰੀਤ ਸਿੰਘ ਗੋਲੂਕੇ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਭ ਤੋਂ ਪਹਿਲੇ ਗੱਲਬਾਤ ਕਰਾਂਗੇ ਕਿਸਾਨੀ ਅੰਦੋਲਨ ਦੀ ਕਿ ਬਹੁਤ ਵੱਡੇ ਪੱਧਰ ਤੇ ਕਿਸਾਨੀ ਅੰਦੋਲਨ ਹੁੰਦਾ ਹੈ ਪਰ ਉਸ ਤੋਂ ਬਾਅਦ ਵੀ ਕਿਸਾਨ ਜਦੋਂ ਸੱਤਾ ਦੇ ਵਿੱਚ ਐਂਟਰ ਹੁੰਦੇ ਨੇ ਤਾਂ ਵੋਟ ਜਦੋਂ ਹੁੰਦੀ ਹੈ ਤਾਂ ਇੱਕ ਵੀ ਕਿਸਾਨ ਨਹੀਂ ਜਿੱਤਦਾ, ਇਸ ਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਜਿਹੜਾ ਇਹ ਅੰਦੋਲਨ ਲੜਿਆ ਗਿਆ ਇਹ ਸਾਰੇ ਦੇਸ਼ ਦੇ ਲੋਕਾਂ ਸਮੂਹ ਲੋਕਾਂ ਵੱਲੋਂ ਲੜਿਆ ਗਿਆ ਜਿਹਦੇ ਵਿੱਚ ਸਭ ਸਟੇਟ ਅਤੇ ਸਭ ਧਰਮਾਂ ਦੇ ਲੋਕ ਪਹੁੰਚੇ ਹੋਏ ਸੀ ਅਤੇ ਉਹਦੇ ਵਿੱਚ ਸਾਰਿਆਂ ਦਾ ਮੋਟਿਵ ਇੱਕੋ ਸੀ ਕਿ ਕਿਸਾਨੀ ਨੂੰ ਕਿੱਦਾਂ ਬਚਾਇਆ ਜਾ ਸਕਦਾ ਹੈ, ਜਿਹੜੇ 3 ਲਾਅ ਹੈ ਇਹਨਾਂ ਨੂੰ ਵਾਪਸ ਕਰਾਉਣ ਲਈ ਬਹੁਤ ਜ਼ਿਆਦਾ ਜਿਹੜਾ ਹੈਗਾ ਪਬਲਿਕ ਨੇ ਪ੍ਰੈਸ਼ਰ ਬਣਾਇਆ ਸਰਕਾਰ 'ਤੇ ਅਤੇ ਜਿਹੜੀਆਂ ਸਾਡੀਆਂ ਜਥੇਬੰਦੀਆਂ ਸੀ ਉਹਨਾਂ ਨੇ ਬੜਾ ਬਖੂਬੀ ਉਸ ਅੰਦੋਲਨ ਨੂੰ ਚਲਾਇਆ ਅਤੇ ਉਹਦੇ ਵਿੱਚ ਜਿਹੜੇ ਲੋਕ ਹੈ ਉਹ ਸਿਰਫ ਤੋਂ ਸਿਰਫ ਇਹਨਾਂ ਨੂੰ ਇੱਕ ਕਿਸਾਨ ਲੀਡਰ ਵਜੋਂ ਦੇਖਦੇ ਸੀ ਕਿਉਂਕਿ ਇਹਨਾਂ ਵੱਲੋਂ ਜਿਹੜੀ ਗੱਲ ਇਹ ਕਲੀਅਰ ਨਹੀਂ ਸੀ ਕਿ ਕਦੇ ਪੋਲੀਟਿਕਸ ਵਿੱਚ ਆਉਣਗੇ। ਪੋਲੀਟਿਕਸ ਵਿੱਚ ਆਉਣਾ ਕੋਈ ਮਾੜੀ ਗੱਲ ਨਹੀਂ ਹੈ ਬਟ ਜਿਹੜੀਆਂ ਇਹ ਜਥੇਬੰਦੀਆਂ ਦਾ ਇੱਕ ਦੋਗਲਾ ਰਵੱਈਆ ਹੈ ਕਿ ਪਹਿਲਾਂ ਤਾਂ ਉਹ ਸਿਰਫ ਕਿਸਾਨਾਂ ਲਈ ਲੜਦੇ ਰਹੇ ਅੱਜ ਤੱਕ ਅਤੇ ਅਚਾਨਕ ਉਹਨਾਂ ਨੇ ਇਹਦੇ ਵਿੱਚ ਐਂਟਰੀ ਕੀਤੀ ਹੈ ਅਤੇ ਉਹ ਲੋਕਾਂ ਨੂੰ ਸ਼ਾਇਦ ਠੀਕ ਨਹੀਂ ਲੱਗੀ। ਉਹ ਇਹਨਾਂ ਨੂੰ ਸਿਰਫ ਤੋਂ ਸਿਰਫ ਇੱਕ ਕਿਸਾਨ ਵਜੋਂ ਦੇਖਦੇ ਸੀ ਅਤੇ ਇਹਨਾਂ ਦਾ ਬਹੁਤ ਬਹੁਤ ਰਿਸਪੈਕਟ ਦਿੱਤੀ ਹੈ ਦੇਸ਼ ਵਾਸੀਆਂ ਨੇ, ਇਹ ਲੀਡਰ ਸੀ ਚਾਹੇ ਰਾਜੇਵਾਲ ਸਾਹਿਬ ਸੀਗੇ ਜਾਂ ਹੋਰ ਵੀ ਹੈ ਬਟ ਬਹੁਤ ਜਥੇਬੰਦੀਆਂ ਜਿਹੜੀਆਂ ਨੇ ਨਹੀਂ ਲੜਿਆ ਬਟ ਜਿਹੜੀਆਂ ਨੇ ਲੜਿਆ ਉਹ ਉਹਨਾਂ ਨੂੰ ਹਾਰ ਦਾ ਸਾਹਮਣਾ ਇਸ ਕਰਕੇ ਕਰਨਾ ਪਿਆ ਕਿ ਉਹ ਕਿਸਾਨੀ ਮੁੱਦੇ 'ਤੇ ਤਾਂ ਪੂਰਾ ਪੰਜਾਬ ਇੱਕਜੁੱਟ ਸੀ ਬਟ ਇਹਨਾਂ ਦੀ ਪੋਲੀਟੀਕਲ ਪਾਰਟੀ ਨੂੰ ਲੈ ਕੇ ਜਿਹੜੇ ਲੋਕਾਂ ਦੇ ਜਿਹੜੇ ਮਤ ਹੈ ਉਹਦੇ ਵਿੱਚ ਉਹ ਇਹਨਾਂ ਨੂੰ ਐਜ ਏ ਪੋਲੀਟੀਕਲ ਲੀਡਰ ਨਹੀਂ ਦੇਖਦੇ। ਕਿਸਾਨੀ ਅੰਦੋਲਨ ਦੇ ਵਿੱਚ ਤੁਸੀਂ ਵੀ ਕਾਫ਼ੀ ਆਪਣਾ ਯੋਗਦਾਨ ਦਿੱਤਾ, ਤੁਸੀਂ ਵੀ ਕਾਫ਼ੀ ਜੁੜੇ ਰਹੇ, ਗ੍ਰਿਫਤਾਰੀਆਂ ਦਿੱਤੀਆਂ ਕਈ ਸੂਬਿਆਂ ਦੇ ਵਿੱਚ, ਤੁਸੀਂ ਵੀ ਪੈਦਲ ਯਾਤਰਾ ਕੀਤੀ, 3 ਸੂਬਿਆਂ ਦੇ ਵਿੱਚ ਗ੍ਰਿਫਤਾਰੀ ਹੋਈ ਅਤੇ ਤੁਸੀਂ ਕਾਫ਼ੀ ਗਰਾਊਂਡ ਲੈਵਲ 'ਤੇ ਦੇਖਿਆ ਉਸ ਸਮੇਂ ਕਿ ਲੋਕ ਕਿੰਨਾ ਕੁ ਨਾਲ ਸੀ ਕਿਸਾਨੀ ਲੀਡਰਾਂ ਦੇ ਅਤੇ ਉਸ ਤੋਂ ਬਾਅਦ ਜਦੋਂ ਅਜਿਹੀ ਸਥਿਤੀ ਆਉਂਦੀ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਹੁੰਦੀਆਂ ਨੇ ਕਿ ਕਿਸਾਨੀ ਲੀਡਰ ਕਿਉਂਕਿ ਬਹੁਤ ਵਿਸ਼ਵਾਸ ਦੇ ਨਾਲ ਸੱਤਾ ਦੇ ਵਿੱਚ ਆਏ ਸੀ, ਨੈਸ਼ਨਲ ਲੈਵਲ 'ਤੇ ਕਿਹਾ ਗਿਆ ਸੀ ਕਿ ਸਾਡੀ ਪਾਰਟੀ ਨੈਸ਼ਨਲ ਪੱਧਰ 'ਤੇ ਬਣਾਈ ਗਈ ਹੈ ਅਤੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਲੋਕ ਜਦੋਂ ਇੱਕ ਵੱਡੇ ਪੱਧਰ 'ਤੇ ਤੁਹਾਡੇ ਨਾਲ ਜੁੜਦੇ ਨੇ ਅਤੇ ਅਚਾਨਕ ਹੀ ਤੁਸੀਂ ਤੁਹਾਨੂੰ ਇਕੱਲਿਆਂ ਛੱਡ ਕੇ ਪਿੱਛੇ ਚੱਲ ਜਾਂਦੇ ਨੇ? ਦੇਖੋ ਜਿਹੜੇ ਲੋਕ ਹੈ ਲੋਕ ਉੱਥੇ ਜਦੋਂ ਗਏ ਸੀ ਅਕਾਲੀ ਦਲ ਵੀ ਗਿਆ ਸੀ, ਉੱਥੇ ਕਾਂਗਰਸ ਵੀ ਗਈ ਸੀ, ਉੱਥੇ ਆਮ ਆਦਮੀ ਪਾਰਟੀ ਗਈ ਸੀ, ਉੱਥੇ ਸਭ ਪਾਰਟੀਆਂ ਦੇ ਲੋਕ ਗਏ ਸੀ।
ਉਹ ਇੱਕ ਕਿਸਾਨੀ ਮੁੱਦੇ ਤੇ ਤੱਕ ਇਸ ਕਿਸਾਨ ਲੀਡਰਸ ਦੇ ਨਾਲ ਸੀਗੇ, ਬਟ ਜਦੋਂ ਉਹ ਅੰਦੋਲਨ ਖਤਮ ਹੋਇਆ ਸੀ ਜਿੱਤ ਕੇ ਵਾਪਸ ਘਰ ਆਏ ਹਾਂ ਤਾਂ ਜਿਹੜਾ ਅਕਾਲੀ ਦਲ ਸੀ ਉਹ ਅਕਾਲੀ ਦਲ ਨਾਲ ਜੁੜ ਗਿਆ, ਜਿਹੜਾ ਹੋਰ ਪਾਰਟੀਆਂ ਨਾਲ ਜੁੜਿਆ ਸੀ ਉਹ ਹੋਰ ਪਾਰਟੀਆਂ ਨਾਲ ਜੁੜਿਆ ਰਹਿ ਗਿਆ, ਉਹ ਉਹਨਾਂ ਨਾਲੋਂ ਪੋਲੀਟੀਕਲੀ ਉਹ ਇਹਨਾਂ ਦੇ ਨਾਲ ਕਦੇ ਵੀ ਨਹੀਂ ਸੀ। ਇਹ ਜਿਹੜਾ ਅੰਦੋਲਨ ਸੀ ਇਹ ਬਹੁਤ ਇੱਕ ਵਧੀਆ ਗੱਲ ਹੋਈ ਹੈ ਕਿ ਸ਼ਾਂਤਮਈ ਅੰਦੋਲਨ ਸੀ, ਮੋਦੀ ਨੂੰ ਝੁਕਾਉਣਾ ਇਹ ਵੀ ਇੱਕ ਬੜਾ ਵੱਡਾ ਮਤਲਬ ਕਿਸਾਨਾਂ ਦੀ ਜਿਹੜੀ ਹੈਗੀ ਆ ਲੀਡਰਸ ਦੀ ਸਿਆਣਪ ਤੋਂ ਬਿਨਾਂ ਕਦੇ ਨਹੀਂ ਸੀ ਜਿੱਤਿਆ ਜਾ ਸਕਦਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਬਟ ਜਿਹੜਾ ਇਹ ਇਹਨਾਂ ਨੇ ਪੋਲੀਟੀਕਲ ਪਾਰਟੀ ਬਣਾਈ ਹੈ ਇਹ ਇੱਕ ਬਹੁਤ ਵੱਡੀ ਗਲਤੀ ਸੀ, ਕਿਉਂਕਿ ਪੋਲੀਟੀਕਲ ਸਟਰਕਚਰ ਦੇ ਵਿੱਚ ਅਗਰ ਕਿਸੇ ਨੇ ਆਉਣਾ ਉਹਦੇ ਲਈ ਬਹੁਤ ਸਾਰੀਆਂ ਤਿਆਰੀਆਂ ਚਾਹੀਦੀਆਂ, ਇਹਨਾਂ ਕੋਲ ਸਮਾਂ ਘੱਟ ਸੀ, ਉਹਦੇ ਲਈ ਬਹੁਤ ਪੈਸਾ ਚਾਹੀਦਾ ਸੀ, ਅਤੇ ਸੋ ਇਹਨਾਂ ਨੇ ਵੀ ਬਾਕੀ ਰਵਾਇਤੀਆਂ ਪਾਰਟੀਆਂ ਵਾਂਗੂ ਹੀ ਟਿਕਟਾਂ ਦਿੱਤੀਆਂ ਜਿਹੜੇ ਡਿਜ਼ਰਵ ਨਹੀਂ ਕਰਦੇ ਸੀ ਜਾਂ ਬਾਕੀ ਪਾਰਟੀਆਂ ਤੋਂ ਛੱਡ ਕੇ ਆਏ ਸੀ, ਉਹ ਵੀ ਇੱਕ ਕਾਰਨ ਸੀਗਾ ਕਿ ਇਹਨਾਂ ਨੇ ਮਤਲਬ ਇਹਨਾਂ ਨੂੰ ਵੋਟਸ ਸ਼ੇਅਰ ਹੈ ਬਹੁਤ ਘੱਟ ਮਿਲਿਆ। ਇਹ ਇਹ ਮੈਂ ਮੁੱਖ ਕਾਰਨ ਇਹੀ ਮੰਨਦਾ ਕਿ ਇਹਨਾਂ ਨੂੰ ਲੋਕ ਕਿਸਾਨੀ ਲੀਡਰ ਵਜੋਂ ਤਾਂ ਐਕਸੈਪਟ ਕਰਦੇ ਨੇ ਬਟ ਪੋਲੀਟੀਕਲ ਲੀਡਰ ਵਜੋਂ ਇਹਨਾਂ ਨੂੰ ਐਕਸੈਪਟ ਨਹੀਂ ਕਰਦੇ। ਤੁਹਾਡੀ ਇਸ ਗੱਲ 'ਤੇ ਇੱਕ ਹੋਰ ਸਵਾਲ ਮੈਂ ਕਰਨਾ ਚਾਹੂੰਗੀ, ਕਿਉਂਕਿ ਜਦੋਂ ਕਿਸਾਨ ਅੰਦੋਲਨ ਹੋ ਰਿਹਾ ਸੀ ਉਸ ਸਮੇਂ ਗੁਰਨਾਮ ਚੜੂਨੀ ਹੋਣਾ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਸੱਤਾ ਦੇ ਵਿੱਚ ਆਵਾਂਗੇ, ਕਿਸਾਨ ਜੋ ਨੇ ਕਿਸਾਨੀ ਲੀਡਰ ਜੋ ਨੇ ਅਲੱਗ ਤੋਂ ਹੁਣ ਪੰਜਾਬ ਦੇ ਵਿੱਚ ਆਪਣੀ ਪਾਰਟੀ ਬਣਾਉਣਗੇ, ਪਰ ਉਸ ਸਮੇਂ ਜੋ ਬਾਕੀ ਜਥੇਬੰਦੀਆਂ ਸੀ ਉਹਨਾਂ ਦੇ ਵੱਲੋਂ ਕਿਨਾਰਾ ਕਰ ਲਿਆ ਗਿਆ ਸੀ ਗੁਰਨਾਮ ਚੜੂਨੀ ਤੋਂ ਅਤੇ ਬਾਹਰ ਵੀ ਕੱਢ ਦਿੱਤਾ ਗਿਆ ਸੀ, ਪਰ ਬਾਅਦ ਦੇ ਵਿੱਚ ਆਪ ਰਾਜੇਵਾਲ ਹੋਰੀ ਪਾਰਟੀ ਬਣਾਉਂਦੇ ਨੇ। ਦੇਖੋ ਉਹਦੇ ਵਿੱਚ ਇਹ ਰਾਜੇਵਾਲ ਜੀ ਹੋਰਾਂ ਦਾ ਬਹੁਤ ਵਧੀਆ ਸਟੈਪ ਸੀ ਕਿ ਉਹਨਾਂ ਨੇ ਉਸ ਸਮੇਂ ਉਸ ਚੀਜ਼ ਦਾ ਵਿਰੋਧ ਕੀਤਾ, ਉਸ ਸਮੇਂ ਅੰਦੋਲਨ ਚੱਲ ਰਿਹਾ ਸੀ। ਅਗਰ ਅੰਦੋਲਨ ਚੱਲਦੇ ਦੇ ਵਿੱਚ ਇਹ ਕੋਈ ਪੋਲੀਟੀਕਲ ਪਾਰਟੀ ਅਨਾਊਂਸ ਕਰਦੇ ਤਾਂ ਸ਼ਾਇਦ ਅੰਦੋਲਨ ਨੂੰ ਕੋਈ ਧੱਕਾ ਲੱਗ ਸਕਦਾ ਸੀ, ਕਿਉਂਕਿ ਆਮ ਜਿਹੜੀ ਆਵਾਮ ਉੱਥੇ ਬੈਠੀ ਸੀ ਉਹਨਾਂ ਨੇ ਇਹ ਸੋਚਣਾ ਸੀ ਕਿ ਇਹ ਜਿਹੜੇ ਲੀਡਰਸ ਨੇ ਸਾਡੇ ਕਿਸਾਨ ਲੀਡਰ ਇਹ ਇੱਥੇ ਆਪਣਾ ਕੋਈ ਪੋਲੀਟੀਕਲ ਫਾਇਦਾ ਲੈਣ ਲਈ ਇਕੱਠੇ ਹੋਏ ਨੇ, ਤਾਂ ਸਰਕਾਰਾਂ ਨੂੰ ਇੱਕ ਮੌਕਾ ਮਿਲ ਜਾਣਾ ਸੀ ਕਿ ਦੇਖੋ ਇਹ ਇਹ ਤਾਂ ਆਪਣੇ ਕੋਈ ਸਰਕਾਰੀ ਸੁੱਖ ਜਾਂ ਕੋਈ ਸਰਕਾਰੀ ਪਾਵਰ ਲੈਣ ਲਈ ਤੁਹਾਨੂੰ ਮਿਸਗਾਈਡ ਜਾਂ ਗੁੰਮਰਾਹ ਕਰ ਰਹੇ ਨੇ, ਅਤੇ ਉਸ ਸਮੇਂ ਉਹ ਬਿਆਨ ਦੇਣਾ ਬਿਲਕੁਲ ਠੀਕ ਸੀਗਾ। ਬਟ ਬਾਅਦ ਵਿੱਚ ਵੀ ਇਹਨਾਂ ਨੂੰ ਇਲੈਕਸ਼ਨ ਤਾਂ ਮੈਂ ਨਹੀਂ ਸਹਿਮਤ ਕਿ ਇਹਨਾਂ ਨੂੰ ਲੜਨੇ ਚਾਹੀਦੇ ਸੀਗੇ, ਬਟ ਉਸ ਸਮੇਂ ਚੜੂਨੀ ਨੇ ਜੋ ਬਿਆਨ ਦਿੱਤਾ ਉਹਨੂੰ ਜੇਕਰ ਇਹਨਾਂ ਨੇ ਕੰਡੈਮ ਕੀਤਾ ਤਾਂ ਉਹ ਇੱਕ ਚੰਗੀ ਗੱਲ ਸੀ ਮੇਰੀ ਨਜ਼ਰ ਵਿੱਚ, ਉਹ ਇਹਨਾਂ ਨੇ ਠੀਕ ਕੀਤਾ ਉਸ ਸਮੇਂ। ਬਿਲਕੁਲ, ਪਰ ਜੇ ਰਾਜੇਵਾਲ ਹੋਰਾਂ ਦੀ ਗੱਲ ਕਰੀਏ, ਇਸ ਪਾਰਟੀ ਦੇ ਪ੍ਰਧਾਨ ਸੀ, ਸੀਐਮ ਫੇਸ ਸੀ, ਕਿਉਂਕਿ ਜੇ ਅਲੱਗ ਪਾਰਟੀਆਂ ਚੋਣ ਲੜਦੀਆਂ ਸੀ ਇਹਨਾਂ ਨੇ ਆਪਣੀ ਇੱਕ ਅਲੱਗ ਪਾਰਟੀ ਬਣਾਈ ਅਤੇ ਉਸਦੇ ਸੀਐਮ ਫੇਸ ਆਪਾਂ ਬਲਬੀਰ ਰਾਜੇਵਾਲ ਹੋਣਾ ਨੂੰ ਕਹਿ ਸਕਦੇ ਹਾਂ, ਪਰ ਉਹਨਾਂ ਨੂੰ ਹੀ 5000 ਵੋਟਾਂ ਵੀ ਨਹੀਂ ਪਈਆਂ, ਪੂਰੇ ਪੰਜਾਬ ਦੇ ਵਿੱਚ 5000 ਵੋਟਾਂ ਵੀ ਨਹੀਂ ਲੈ ਸਕੇ ਕੋਈ ਵੀ ਉਮੀਦਵਾਰ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਪਾਰਟੀ ਦੇ ਵੱਲੋਂ, ਸੰਯੁਕਤ ਸਮਾਜ ਮੋਰਚਾ ਦੇ ਵੱਲੋਂ ਕਿਸੇ ਨੂੰ ਵੀ ਵੋਟਾਂ ਜੋ ਨੇ 5000 ਦੀ ਗਿਣਤੀ ਤਾਂ ਕਿਸੇ ਦੇ ਵੱਲੋਂ ਵੀ ਪਾਰ ਨਹੀਂ ਹੋਈ। ਦੇਖੋ ਜਿਹੜਾ ਰਾਜੇਵਾਲ ਸਾਹਿਬ ਹੈ ਇਹਨਾਂ ਨੇ ਇਲੈਕਸ਼ਨ ਲੜਿਆ, ਇਹਨਾਂ ਦੀ ਬਹੁਤ ਜ਼ਿਆਦਾ ਪੂਰੇ ਦੇਸ਼ ਦੇ ਵਿੱਚ ਇੱਜ਼ਤ ਸੀ, ਇਸ ਕਰਕੇ ਕਿ ਉਹਨਾਂ ਨੇ ਇਸ ਅੰਦੋਲਨ ਨੂੰ ਬੜਾ ਬਖੂਬੀ ਚਲਾਇਆ ਅਤੇ ਇਹਨੂੰ ਜਿੱਤਿਆ। ਉਸ ਚੀਜ਼ ਨੂੰ ਬਰਕਰਾਰ ਰੱਖਣ ਲਈ ਇਹਨਾਂ ਨੂੰ ਇਸ ਪਾਰਟੀ ਜਿਹੜੀ ਇਹਨਾਂ ਨੇ ਬਣਾਈ ਉਹਨੂੰ ਨਹੀਂ ਸੀ ਬਣਾਉਣਾ ਚਾਹੀਦਾ। ਅਗਰ ਰਾਜੇਵਾਲ ਸਾਹਿਬ ਇਲੈਕਸ਼ਨ ਨਾ ਲੜਦੇ ਤਾਂ ਇਹਨਾਂ ਦੇ ਬੁੱਤ ਲਾਏ ਜਾਣੇ ਸੀ। ਇਹਨਾਂ ਦੇ ਪਾਰਟੀ ਬਣਾਉਣ ਨਾਲ ਬਹੁਤ ਸਾਰੇ ਲੋਕਾਂ ਨੂੰ, ਸਰਕਾਰਾਂ ਨੂੰ ਮੌਕਾ ਮਿਲ ਗਿਆ ਬੋਲਣ ਦਾ ਕਿ ਇਹਨਾਂ ਦਾ ਪੋਲੀਟੀਕਲ ਮੋਟਿਵ ਸੀਗਾ। ਦੂਸਰਾ, ਪਾਰਟੀ ਬਣਾਉਣ ਨਾਲ ਕਿਤੇ ਨਾ ਕਿਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਕਮਜ਼ੋਰ ਹੋਈਆਂ, ਉਹਦਾ ਫਾਇਦਾ ਇਹਨਾਂ ਨੂੰ ਯੂਪੀ 'ਚ ਬੀਜੇਪੀ ਨੂੰ ਮਿਲਿਆ ਕਿ ਦੇਖੋ ਇਹ ਜਿਹੜੀਆਂ ਜਥੇਬੰਦੀਆਂ ਇਹ ਇੱਕ ਪੋਲੀਟੀਕਲ ਇਹਨਾਂ ਦਾ ਮੋਟਿਵ ਸੀਗਾ, ਅਤੇ ਸੋ ਇਹਨਾਂ ਦਾ ਜਿਹੜਾ ਇਹ ਸਟੈਪ ਸੀ ਉਹ ਇਹਨਾਂ ਨੂੰ ਮਤਲਬ ਬਹੁਤ ਇਹਨਾਂ ਦਾ ਜਿਹੜਾ ਗ੍ਰਾਫ ਉੱਪਰ ਸੀਗਾ ਉਹ ਬਹੁਤ ਨੀਚੇ ਆਇਆ ਇਸ ਸਟੈਪ ਨਾਲ, ਪੋਲੀਟੀਕਲ ਆਉਣ ਨਾਲ। ਤਾਂ ਮੈਂ ਮੇਰੀ ਤਾਂ ਸਮਝ ਤੋਂ ਬਾਅਦ ਰਾਜੇਵਾਲ ਸਾਹਿਬ ਵਰਗੇ ਇੰਨੇ ਸਿਆਣੇ ਜਿਹੜੇ ਲੀਡਰ ਹੈ ਉਹਨਾਂ ਨੇ ਇੱਦੀ ਮਤਲਬ ਗਲਤ ਸਟੈਪ ਕਿਉਂ ਚੱਕਿਆ, ਉਹ ਵੀ ਮਤਲਬ ਇੰਨੇ ਹਾਈਪ 'ਤੇ ਸੀਗੇ। ਮੇਰੇ ਇਸ ਖਿਆਲ 'ਚ ਸ਼ਾਇਦ ਉਹਨਾਂ ਨੂੰ ਕੋਈ ਵਹਿਮ ਹੋ ਗਿਆ ਸੀ ਕਿ ਜਿਹੜਾ ਪੂਰਾ ਅੰਦੋਲਨ ਦੇ ਵਿੱਚ ਜਿਹੜੇ ਲੋਕ ਆਏ ਹੋਏ ਹੈ ਕਿ ਉਹ ਸਾਰੇ ਸਟਿਲ ਸਾਡੇ ਨਾਲ ਹੈਗੇ। ਬਿਲਕੁਲ, ਅਤੇ ਲਖੀਮਪੁਰ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਸਭ ਤੋਂ ਜ਼ਿਆਦਾ ਲਖੀਮਪੁਰ ਦਾ ਜੋ ਕਾਂਡ ਹੋਇਆ ਸੀ ਉਸ 'ਤੇ ਸਭ ਤੋਂ ਜ਼ਿਆਦਾ ਗੱਲਾਂ ਹੋਈਆਂ ਸੀ, ਕਿਉਂਕਿ ਲਖੀਮਪੁਰ ਦੇ ਵਿੱਚ ਬੀਜੇਪੀ ਜੋ ਨੇਤਾ ਉਸਦੇ ਪੁੱਤਰ ਦੇ ਵੱਲੋਂ ਕੀਤਾ ਗਿਆ ਸੀ, ਗੱਡੀ ਹੇਠਾਂ ਦਰੜਿਆ ਗਿਆ ਸੀਗਾ ਕਿਸਾਨਾਂ ਨੂੰ, ਅਤੇ ਹੋਰ ਵੀ ਜੋ ਕਈ ਦੋ ਪੱਤਰਕਾਰ ਦੀ ਮੌਤ ਹੋਈ ਸੀ, 8 ਮੌਤਾਂ ਹੋਈਆਂ ਸੀ, 4 ਕਿਸਾਨ ਸੀ ਵਿੱਚ। ਪਰ ਲਖੀਮਪੁਰ ਦੀ ਹੀ ਜੇ ਗੱਲ ਹੋਵੇ, ਲਖੀਮਪੁਰ ਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਸੀਟਾਂ ਬੀਜੇਪੀ ਲੈ ਜਾਂਦੀ ਹੈ, ਬੀਜੇਪੀ ਦਾ ਵਿਰੋਧ ਹੁੰਦਾ, ਲੰਮੇ ਸਮੇਂ ਤੱਕ ਵਿਰੋਧ ਹੁੰਦਾ, ਅੱਜ ਵੀ ਉਸ ਚੀਜ਼ 'ਤੇ ਲਖੀਮਪੁਰ ਵਾਲੇ ਕਾਂਡ 'ਤੇ ਵਿਰੋਧ ਹੋ ਰਿਹਾ, ਹਿੰਸਕ ਕਾਂਡ ਜੋ ਹੋਇਆ ਸੀ, ਇਨਸਾਫ ਦੀ ਮੰਗ ਹੋ ਰਹੀ ਹੈ, ਮੁਆਵਜ਼ੇ ਦੀ ਮੰਗ ਹੋ ਰਹੀ ਹੈ, ਪਰ ਫਿਰ ਵੀ ਬੀਜੇਪੀ ਹੀ ਜਿੱਤਦੀ ਹੈ।
देखो जिहड़े यूपी दे हालात ने वो पंजाब नालों डिफरेंट ने उत्थे किते ना किते जिहड़ियां दूसरियां पार्टी ने बीएसपी है या एसपी है इन्हां दा जिहड़ा ग्राफ है उत्थे उपर नहीं आया उत्थे बीजेपी दा जिहड़ा राज आपां देखे है पिछले 5 सालां तो हैगा है वह किते ना किते उस चीज़ दा वह वेव दा इन्हां नूं फायदा मिलिया बट दूसरी गल इह है कि आपां जिहड़ा अंदोलन दा बहुत ज़्यादा प्रभाव है वह साडे पंजाब विच ही है उत्थे बहुत ज़्यादा इस चीज़ का प्रभाव नहीं है इस करके उत्थे जिहड़ा वो जितने विच कामयाब हुए ने ते अगर आपां पंजाब दी गल करिए तां तुसीं इत्थे हालात देखी ने बीजेपी दे की हुए है पर जो जिहड़े किसानां नूं SSM दे वल्लों टिकट दित्ती गई सी उन्हां ने टिकट मिलन तो बाद भी चोण छड्डी सी कह रहा सी भी असीं चोण नहीं लड़ांगे ते कईआं दे वल्लों हवाला लखीमपुर कांड दित्ता गया भी असीं उहदे लई लड़ाई लड़ांगे असीं इंसाफ चाहुंदे आ ते फिर बाद दे विच अजिही बुरी तरह हार हुंदी है देखो जिहड़ा वापस होईआं ने टिकट्स जिहड़ियां अंदोलन दे विचों कैंडीडेट्स ने वापस लईआं इक तां सरदार सिमरजीत सिंह मान होर के हक के बैठे सीगे मैं तो उस चीज़ का बहुत सत्कार करदा कि उन्होंने एक बहुत चंगा स्टैप लिया दूसरा जिहड़ा है एक दो जगह होर भी इदा दईया खबर कि वह इलैक्शन तो क्विट किया लखीमपुर खीरी का हवाला देकर तो असं उस गल की भी रिस्पैक्ट करते हैं कि साडा फर्ज बनता है कि असी जो उत्थे साडे मुद्दे क्योंकि तीन काले कानून वापस जरूर होए है बट वो जिन्हें भी इक्विपमेंट्स की गई सी मैं दर्शकों को दस देना चाहना वह पूरी हजे तक भी नहीं की गई क्योंकि अजय मिश्रा उहदा बेटा आशीष मिश्रा उन्होंने आप देखिए कि बहुत सारा अज भी उ मान सम्मान बीजेपी मिल रहा है जो एक कातल नू नहीं मिलना चाहिए उन्होंने तो बर्खास्त नहीं किया गया उन्होंने होम मिनिस्ट्री तो हाँ जमानत भी उन्होंने मिल गई है जबकि उन्होंने आप सारे देखे वीडियोज़ शरेआम उन्होंने गड्डी थले साडे किसान बेदोशे घर जा रहे वापस तो शांतमई ढंग जो अंदोलन कर रहे थे उन्होंने मारिया है ते उन्हां लई हजे सानू फाइट करन दी लोड़ है जदके सानू ना ये इदां दा कुछ नहीं करना चाहिए सी कि असी अपना जिहड़ा हैगा जिहड़ा अंदोलन है जिहड़ी पोलिटिकल पार्टी है ये ना बना के सानू जिहड़ियां साडियां डिमांड से किसानां दी आपां नूं हालत पता की है उहदे लई हजे फाइट करन दी लोड़ सी राजेवाल साहब होरां नूं या होर भी जिहड़ियां जथेबंदियां है उन्होंने एकजुट होकर अज भी कम करना है उन्होंने गांह भी यही कम करना चाहिए क्योंकि साडे किसानी दा तां इक तिन काले कानून कल्ला कोई सानू नुकसान नहीं कर रहे सी साडे अज भी किसान खुदकुशियां कर रहे हैं पानी की बहुत वड्डी समस्या स्प्रेयां की बहुत वड्डी बीज नहीं मिलते खादा टाइमली नहीं मिलदियां ये बहुत सारे मुद्दे हैगे ने इलाज उन्होंने नहीं प्रॉपर मिल रहे तो इस करके बहुत सारे विषय हैगे ने जिन्हां ते जथेबंदियां नूं हजे कम करन दी लोड़ है बिल्कुल ते तुहानूं लगदा कि जिन्हां ने पैर पछां कीता सी चोण तो टिकट मिलन तो बाद उन्हां दा फैसला सही सी हाँ मैं उन्होंने सही फैसला मानता जी उन्होंने ठीक फैसला लिया क्योंकि जिहड़ा अंदोलन है इहदी बहुत ज़्यादा इज्जत है वर्ल्ड वाइड सानू इज्जत बरकरार रखने लिए ये लीडर्स नू हमेशा किसानों लिए उम्मीद डट के खड़ना चाहिए जिवें पहला खड़े सी लोग इन्हां दे नाल सी हुण भी नाल ने कोई ऐसी गल नहीं गी क्योंकि सारिया ने तो इलैक्शन लड़े नहीं क्योंकि दर्शन पाल जी ते उगराहा जी होर बहुत सारिया जथेबंदियां जिन्हां ने इलैक्शन नहीं लड़िया बहुत वड्डियां जथेबंदियां उन्हां दियां ते उन्हां दे नाल अज भी पंजाब दे लोग खड़े है गां भी खड़े रहणगे बस जरूरत यह है कि ये अपने असली मुद्दों तो ना भटकन ते किसान जो ने सियासत दे विच इनवॉल्व हो जांदे ने ते लगदा है कि लोगों की नाराजगी है इस करके लोगों ने वोट नहीं पाई देखो किसान मैं उही कह रहा किसान इन्हां नूं एज पोलिटिकल पार्टी वजों नहीं देखते वो इन्हां नूं एज किसान लीडर देखते हैं किसान लीडर वजों वो इन्हां दी इज्जत भी करते हैं पहला भी नाल सी हुण भी नाल ने बट पोलिटिकल पार्टी का अगर देखिए तो वह किते ना किते पुरानियां पार्टियां नाल ही जुड़े हुए हैगे ने क्योंकि जदों अंदोलन होया उदों इन्हां दा कोई इदां दा प्लैन नहीं सी कि असीं कोई पोलिटिकल पार्टी बनावांगे या असीं इलैक्शन लड़ांगे वो तो सडनली इन्हां दा इक प्लैन बनिया ते इन्हां ने इलैक्शन दे विच आ गए बट जिहड़े लोग है जिथे कोई जुड़िया होया सी उत्थे ही जुड़िया होया ते शायद अपन उस गल दी रिस्पेक्ट भी करनी चाहिए ते अज जमानतां भी जब्त हुईयां ने पार्टी दे वल्लों जिन्हां नूं टिकटां दित्तियां गईयां सी 92 जो ने उम्मीदवार जिन्हां नूं टिकटां मिलियां सी जमानतां जब्त हो गईयां SSM ते देखो इहदे तो फिर एक उन्हां नूं लेसन लेना चाहिए कि असीं की गलतियां कीतियां जे उन्होंने कोई गलतियां की तो उन्होंने उन्होंने मंथन करना चाहिए तो अगे तो कोई ऐसी गलती नहीं दोहरानी चाहिए कि अगे तो जिहड़ा हैगा उन्होंने कोई नमोशी का सामना करना पे जिहड़े लोग ने पंजाब दे लोग ने बहुत सूझवान लोग ने वो हरेक चीज़ नू बड़े नेड़ियों देखते हैं क्योंकि जिहड़ा सोशल मीडिया इन्होंने साढ़े सारे समाज नू एजुकेट करन दा काम कीता है ते लोग ने जिहड़े वो सब समझते हैं अगर कई बार असी मकौटा कोई होर पाया हुंदा तो पिछे देख रहे हुंदे ने सानू कि असी साडी इंटेंशन की है ते राजेवाल साहब दी इंटेंशन जिहड़ी है पहला भी लोगों नू क्लीयर सीगी तो फिर इहदे विच आके तो फिर एक्सपोज हो गए
ਬਿਲਕੁਲ ਸੋ ਲੋਕ ਜੋ ਨੇ ਕਿਤੇ ਨਾ ਕਿਤੇ ਜੋ ਕਿਸਾਨੀ ਲੀਡਰ ਨੇ ਉਹਨਾਂ ਨੂੰ ਸਿਆਸਤ ਦੇ ਵਿੱਚ ਜੋ ਲੀਡਰ ਨੇ ਉਹਨਾਂ ਦੇ ਵਜੋਂ ਨਹੀਂ ਦੇਖਦੇ ਕਿਉਂਕਿ ਬਹੁਤ ਹੀ ਰਿਸਪੈਕਟਫੁਲ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਚੱਲਿਆ ਸੀ ਲੋਕ ਇੱਜ਼ਤ ਕਰਦੇ ਸੀ ਪਰ ਜਿਸ ਤਰੀਕੇ ਦੇ ਨਾਲ ਅਲੱਗ ਤੋਂ ਕਿਸਾਨਾਂ ਦੇ ਵੱਲੋਂ ਪਾਰਟੀ ਬਣਾਈ ਜਾਂਦੀ ਹੈ ਸੱਤਾ ਦੇ ਵਿੱਚ ਐਂਟਰੀ ਹੁੰਦੀ ਹੈ ਕਿਤੇ ਨਾ ਕਿਤੇ ਲੋਕ ਵੀ ਇਸ ਚੀਜ਼ ਤੋਂ ਕਿਤੇ ਨਾ ਕਿਤੇ ਨਾਰਾਜ਼ ਨੇ ਕਿਉਂਕਿ ਕਿਸੇ ਵੀ ਜੋ ਲੋਕ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਿਲ ਹੋਏ ਸੀ ਕਿਸੇ ਦਾ ਵੀ ਮੋਟਿਵ ਨਹੀਂ ਸੀ ਕਿਸੇ ਦਾ ਮੰਤਵ ਨਹੀਂ ਸੀ ਕਿ ਸਿਆਸਤ ਕਰਨੀ ਹੈ ਜਾਂ ਇਸ ਮੁੱਦੇ ਨੂੰ ਸਿਆਸਤ ਦੇ ਵੱਲ ਲੈ ਕੇ ਜਾਣਾ ਜਾਂ ਜੋ ਲਾਹਾ ਲੈਣਾ ਇਸ ਅੰਦੋਲਨ ਦਾ ਕੋਈ ਵੀ ਨਹੀਂ ਚਾਹੁੰਦਾ ਸੀ ਤੇ ਲੋਕ ਜੋ ਨੇ ਉਹਨਾਂ ਦੇ ਵੱਲੋਂ ਫਤਵਾ ਦਿੱਤਾ ਗਿਆ ਲੋਕ ਕੀ ਚਾਹੁੰਦੇ ਸੀ ਲੋਕ ਬਦਲਾਅ ਚਾਹੁੰਦੇ ਸੀ ਕਿਸਾਨੀ ਅੰਦੋਲਨ ਦੇ ਵਿੱਚ ਲੋਕ ਜੋ ਨੇ ਉਹਨਾਂ ਦੇ ਵੱਲੋਂ ਸਾਥ ਦਿੱਤਾ ਗਿਆ ਕਿਸਾਨੀ ਜੋ ਲੀਡਰ ਨੇ ਉਹਨਾਂ ਦਾ ਪਰ ਅੱਜ ਜੋ ਲੋਕ ਨੇ ਸੂਝਵਾਨ ਹੋ ਚੁੱਕੇ ਨੇ ਲੋਕਾਂ ਨੂੰ ਪਤਾ ਕਿ ਸਾਨੂੰ ਕੀ ਚਾਹੀਦਾ ਤੇ ਇਸ ਦੇ ਕਰਕੇ ਹੀ ਦੇਖਿਆ ਜਾ ਸਕਦਾ ਕਿ ਅੱਜ ਜੋ ਕਿਸਾਨਾਂ ਦੇ ਵੱਲੋਂ ਪਾਰਟੀ ਬਣਾ ਕੇ ਚੋਣ ਲੜੀ ਗਈ ਹੈ ਉਸ ਤੋਂ ਬਾਅਦ ਕੀ ਮਾਤ ਮਿਲੀ ਹੈ ਕਿਸਾਨਾਂ ਨੂੰ ਤੇ ਇਸ ਤੋਂ ਸਿੱਖ ਲੈਣੀ ਚਾਹੀਦੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਮੁੱਦੇ ਨੂੰ ਸਿਆਸਤ ਦੇ ਵਿੱਚ ਲਿਆਉਣਾ ਨਹੀਂ ਚਾਹੀਦਾ ਕਿਉਂਕਿ ਬਾਕੀ ਰਿਵਾਇਤੀ ਪਾਰਟੀਆਂ ਦੇ ਨਾਲ ਵੀ ਅਜਿਹਾ ਹੋਇਆ ਬਾਕੀ ਪਾਰਟੀਆਂ ਨੂੰ ਵੀ ਮੂੰਹ ਦਿਖਾਉਣੀ ਪਈ ਹੈ ਲੋਕ ਬਦਲਾਅ ਚਾਹੁੰਦੇ ਨੇ ਤਾਂ ਲੋਕਾਂ ਦੇ ਵੱਲੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੁਣ ਫੈਸਲਾ ਬਦਲਾਅ ਦਾ ਲਿਆ ਗਿਆ ਤੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੇ ਜੋ ਹੁਣ ਪਾਰਟੀ ਚੁਣੀ ਹੈ ਉਸ ਤੇ ਉਹ ਪਾਰਟੀ ਕਿੰਨਾ ਕੁ ਖਰਾ ਉਤਰਦੀ ਹੈ।